ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰੋਂ ਯਾਨੀ ਨਨਕਾਣਾ ਸਾਹਿਬ ਤੋਂ ਨਗਰ ਕੀਰਤਨ ਦੀ ਸ਼ੁਰੂਆਤ ਹੋਈ ਸੀ, ਉਸ ਵੇਲੇ ਪੰਜਾਬ ਦੇ ਵੱਡੇ ਲੀਡਰਾਂ ਨੇ ਮੌਕੇ 'ਤੇ ਹੋਏ ਜ਼ਬਰਦਸਤ ਕਮਾਲ ਬਾਬਾ ਜੀ ਦੇ ਘਰ ਦੇਖੇ ਸੀ। ਅਤੇ ਹੁਣ ਜਦੋਂ ਸ਼ਨੀਵਾਰ ਯਾਨੀ 9 ਨਵੰਬਰ ਨੂੰ ਜਦੋਂ ਪੂਰੀ ਦੁਨੀਆ 'ਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ, ਤਾਂ ਡੇਰਾ ਬਾਬਾ ਨਾਨਕ 'ਚ ਵੀ ਬਾਬਾ ਜੀ ਦੀ ਜ਼ਬਰਦਸਤ ਸ਼ਕਤੀ ਦੇਖਣ ਨੂੰ ਮਿਲੀ ਹੈ। ਜਿੱਥੇ SGPC ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਸਰਕਾਰ ਵੱਲੋਂ ਵੱਖੋ ਵੱਖਰੀਆਂ ਸਟੇਜਾਂ ਲਗਾਉਣ ਦੀ ਗੱਲ ਤਾਂ ਪਹਿਲਾਂ ਹੀ ਕੀਤੀ ਜਾ ਰਹੀ ਸੀ, ਤਾਂ ਬਾਬਾ ਨਾਨਕ ਦੇ ਪ੍ਰਕਾਸ਼ ਪੁਰਬ ਵੇਲੇ ਸਿਆਸੀ ਸਪੀਚਾਂ ਅਤੇ ਹੋਰ ਸਿਆਸਤਾਂ ਹੋਣਾ ਵੀ ਤੈਅ ਸੀ। ਪਰ ਹੁਣ ਬਾਬੇ ਨਾਨਕ ਨੇ ਡੇਰਾ ਬਾਬਾ ਨਾਨਕ 'ਚ ਅਜਿਹੀ ਸ਼ਕਤੀ ਦਿਖਾਈ ਹੈ। ਜਿੱਥੇ ਸਟੇਜਾਂ ਲੱਗਣੀਆਂ ਸਨ ਅਤੇ ਸਿਆਸੀ ਬੰਦਿਆਂ ਨੇ ਬੈਠਣਾ ਸੀ, ਉਹ ਥਾਂ ਮੀਂਹ ਨਾਲ ਸਮਾਗਮ ਜੋਗੀ ਨਹੀਂ ਰਹੀ। ਇਹ ਗੱਲ ਅਸੀਂ ਨਹੀਂ, ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਕਹਿ ਰਹੇ ਨੇ। ਅਤੇ ਪਾਣੀ ਖੜ੍ਹਾ, ਅਤੇ ਇਹਦੇ 'ਚ ਤੁਸੀਂ ਸੰਗਤ ਵੇਖੋ, ਆਪ ਮਾਰੇ ਆ ਰਹੀ ਆ ਔਰ ਗੁਰੂ ਸਾਹਿਬ ਦੇ ਦਰਸ਼ਨ ਕਰ ਲਈ। ਆ ਤੁਸੀਂ ਦੇਖ ਹੀ ਰਹੇ ਹੋ, ਇਧਰ ਜਿਹੜਾ ਕੈਮਰੇ ਇਧਰ ਨੂੰ ਘੁਮਾਓ ਕਿ ਕਿਵੇਂ ਪੈਦਲ ਦੁਨੀਆ ਔਰ ਮੰਡੀ 'ਚ ਕਿਵੇਂ ਦੁਨੀਆ ਸਾਰੀ ਡੇਰਾ ਬਾਬਾ ਨਾਨਕ 'ਚ ਕਿਵੇਂ ਲੋਕ ਗੁਰੂ ਸਾਹਿਬ ਦੇ ਦਰਸ਼ਨ ਕਰ ਲਈ ਆ ਰਹੇ। ਇਹ ਇਕੱਲੇ ਪ੍ਰੋਗਰਾਮਾਂ ਦਾ ਨਾ ਆਪਾਂ ਕਹੀਏ, ਆਪਾਂ ਇਹ ਕਹੀਏ ਕਿ ਗੁਰੂ ਸਾਹਿਬ ਦੇ ਦਰਸ਼ਨ ਜਿਹੜੇ ਕਰਨ ਲਈ ਆ ਰਹੀ ਆ ਉਹਨਾਂ ਨੂੰ ਤਾਂ ਨਹੀਂ ਕੋਈ ਪ੍ਰੋਬਲਮ। ਜਿਹੜੇ ਗੁਰੂ ਸਾਹਿਬ ਦੇ ਪ੍ਰੋਬਲਮ ਆਉਂਦੀ ਆ ਪੋਲੀਟੀਕਲ ਬੰਦਿਆਂ ਨੂੰ ਕਿ ਸਟੇਜ ਲੱਗਣੀ ਨਹੀਂ ਲੱਗਣੀ, ਮੇਰੇ ਮਨ 'ਚ ਕੋਈ ਨਹੀਂ। ਮੈਨੂੰ ਸੀ ਕਿ ਬਾਬੇ ਨਾਨਕ ਦੀ ਉਹ ਜਿਹੜੀ ਜਿੱਥੇ ਉਹ ਆਏ ਨੇ ਉੱਥੇ ਲੱਗੇ, ਉੱਥੇ ਦਰਸ਼ਨ ਹੋਣ, ਉਹ ਸਾਡਾ ਜਿਹੜਾ ਕੰਮ ਪੂਰਾ ਹੋ ਗਿਆ। ਸਟੇਜ ਦੇ ਉੱਤੇ ਬੈਠਣਾ, ਕਿਸੇ ਦਾ ਆਉਣਾ, ਪੋਲੀਟੀਕਲ ਬੰਦੇ ਦਾ ਆਉਣਾ, ਉਹ ਬਾਬੇ ਨਾਨਕ ਦੇ ਨਾਲ ਬਰਾਬਰੀ ਨਹੀਂ ਅਸੀਂ ਕਰ ਸਕਦੇ। ਗੁਰੂ ਸਾਹਿਬ ਨੇ ਜੇ ਬਾਰਿਸ਼ ਆਈ ਆ ਉਹਦੇ 'ਚ ਉਹਦੀ ਰਜ਼ਾ, ਅਤੇ ਉਹ ਕੀ ਚਾਹੁੰਦੇ ਸੀ, ਉਹ ਨਹੀਂ ਸੀ ਚਾਹੁੰਦੇ ਕਿ ਕੋਈ ਕੰਟਰੋਵਰਸੀ ਆਏ, ਬਿਲਕੁਲ ਨਹੀਂ ਆਉਣੀ ਚਾਹੀਦੀ। ਉਹ ਨਹੀਂ ਚਾਹੁੰਦੇ ਕਿ ਮੇਰੇ ਨਾਂ 'ਤੇ ਵੰਡੀਆਂ ਪਾਈਆਂ ਜਾਣ। ਮੈਨੂੰ ਅਫਸੋਸ ਆ ਕਿ ਗੁਰੂ ਸਾਹਿਬ ਨੇ ਜਿਹੜੀ ਚਾਦਰ ਵੰਡੀ ਗਈ ਸੀ, ਅੱਜ ਉਹ ਚਾਦਰ ਇਕੱਠੀ ਹੋਣ ਜਾ ਰਹੀ ਆ। ਅਤੇ ਜਿਹਨੇ ਇਹ ਕਿਹਾ ਸੀ, ਇੱਕ ਓਂਕਾਰ ਕਿਹਾ ਸੀ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਅਤੇ ਉਹ ਜਿਹੜਾ ਹੁਣ ਕੁਦਰਤ ਦੇ ਸਾਰੇ ਬੰਦੇ ਆ। ਅਤੇ ਜੇ ਅਸੀਂ ਪੋਲੀਟੀਕਲ ਪਾਰਟੀਆਂ ਦੋ ਕਰਾਂਗੇ ਕਿ ਅਸੀਂ ਉੱਧਰ ਪੂਰੇ ਮਾਮਲੇ 'ਤੇ DC ਨੇ ਵੀ ਮੰਨਿਆ ਕਿ ਪਾਣੀ ਭਰ ਜਾਣ ਨਾਲ ਫਿਲਹਾਲ ਸਮਾਗਮ ਨਹੀਂ ਹੋ ਸਕਦਾ। ਬਰਸਾਤ ਨੇ ਭਾਵੇਂ ਥੋੜ੍ਹੀ ਕੁ ਜ਼ਿਆਦਾ ਪਈ ਸੀਗੀ, ਪਰ ਸਾਡੇ ਹੌਸਲੇ ਅਭੀ ਵੀ ਬੁਲੰਦ ਨੇ। ਅਸੀਂ ਵਧੀਆ ਫੰਕਸ਼ਨ ਜਿਹੜਾ PM ਸਾਹਿਬ ਦਾ ਕੱਲ੍ਹ ਦਾ ਹੋ ਰਿਹਾ ਹੈ, ਉਹ ਅਤੇ ਜਿਹੜਾ ਸਟੇਟ ਲੈਵਲ ਫੰਕਸ਼ਨ ਵੀ ਆਪਣੇ ਡੇਰਾ ਬਾਬਾ ਨਾਨਕ ਦਾ ਹੋਣਾ ਸੀਗਾ, ਉਹਦੀ ਕੋਸ਼ਿਸ਼ ਕਰ ਰਹੇ ਨੇ। ਪਹਿਲੇ ਤੋਂ PM ਸਾਹਿਬ ਦੇ ਫੰਕਸ਼ਨ ਦੀ ਸਾਰੀਆਂ ਤਿਆਰੀਆਂ ਮੁਕੰਮਲ ਨੇ। ਮੈਂ ਹੁਣ ਉੱਧਰ BSF ਵਾਲੇ ਗਰਾਊਂਡ 'ਤੇ ਜਾ ਕੇ ਉਹਨਾਂ ਦੀ ਉਹ ਜਾਇਜ਼ਾ ਲੈਣੀ ਜਾ ਰਹੇ ਨੇ, ਮੈਂ ਅਤੇ SSP ਸਾਹਿਬ। ਉੱਥੇ ਵੀ ਤਿਆਰੀਆਂ ਪੂਰੀ ਨੇ, ਫਿਰ ਇੱਥੇ ਲੰਗਰ ਦੇ ਲਈ ਉਹਨਾਂ ਨੇ ਆਉਣਾ, ਉਹ ਵੀ ਤਿਆਰੀਆਂ ਆਪਾਂ ਕਰ ਰਹੇ ਨੇ, ਤੁਸੀਂ ਦੇਖ ਹੀ ਰਹੇ। ਫਿਰ ਅੱਗੇ TTB ਜਾਣਾ, ਸਟੇਸ਼ਨ ਦੇ ਟਰਮੀਨਲ ਬਿਲਡਿੰਗ ਜਿੱਥੋਂ ਪਹਿਲੇ ਜੱਥੇ ਨੂੰ ਫਲੈਗ ਆਫ ਕਰਨਾ, ਉਹ ਵੀ ਤਿਆਰੀਆਂ ਆਪਣੀ ਪੂਰੀ ਨੇ। ਸਿਕਿਉਰਿਟੀ ਪੱਖੋਂ ਤੋਂ ਵੀ ਆਪਾਂ ਤਿਆਰ ਹੈ। ਜਿਹੜਾ ਇਹ ਕੱਲ੍ਹ ਦਾ ਫੰਕਸ਼ਨ ਹੈ, ਜਿਹੜਾ ਲਾਂਘਾ ਖੁੱਲ੍ਹਣ ਦਾ ਜਿਹੜਾ ਬੜਾ ਇਤਿਹਾਸਿਕ ਦਿਨ ਹੈ ਸਾਡੇ ਲਈ, ਕੋਈ ਵੀ ਨਾਨਕ ਨਾਮ ਲੇਵਾ ਸੰਗਤ ਦੇ ਲਈ ਵੱਡਾ ਇੱਕ ਤਰ੍ਹਾਂ ਦਾ ਗਿਫਟ ਹੈ ਇਹ ਗੁਰੂ ਮਹਾਰਾਜ ਦਾ। ਉਹਦੇ ਕੋਈ ਵੀ ਜਿਹੜਾ ਫੰਕਸ਼ਨ 'ਚ ਆਪਾਂ ਕੋਈ ਵੀ ਕਮੀ ਨਹੀਂ ਆਉਣ ਦੇਵਾਂਗੇ, ਅਤੇ ਬੈਸਟ ਤੋਂ ਬੈਸਟ ਜਿਹੜਾ ਕਰੰਟ ਸਿਚੁਏਸ਼ਨ 'ਚ ਪੋਸੀਬਲ ਹੋਊਗਾ ਉਹ ਆਪਾਂ ਪਾਣੀ ਤੋਂ ਟ੍ਰੇਨ ਆਊਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸਾਨੂੰ ਆਜ ਸ਼ਾਮ ਤੱਕ ਪਾਣੀ ਤੋਂ ਟ੍ਰ੨ੇਨ ਆਊਟ ਹੋਣ ਤੋਂ ਬਾਅਦ ਪਤਾ ਲੱਗੂਗਾ, ਉਹ ਅਸੀਂ ਫਿਰ ਤੁਹਾਨੂੰ ਨਵੀਂ ਪ੍ਰੈਸ ਰਿਲੀਜ਼। ਅੱਜ ਦਾ ਸਮਾਗਮ ਪੋਸਟਪੋਨ ਸਮਝੀਏ? ਅੱਜ ਦਾ ਸਮਾਗਮ ਤਾਂ ਪੋਸਟਪੋਨ। ਸੋ ਕੁੱਲ ਮਿਲਾ ਕੇ ਅਸੀਂ ਇਹੋ ਕਹਿ ਸਕਦੇ ਹਾਂ ਕਿ ਬਾਬੇ ਨਾਨਕ ਨੂੰ ਇਹ ਗੱਲ ਪਸੰਦ ਨਹੀਂ ਆਈ ਕਿ ਉਹਨਾਂ ਦੇ ਪ੍ਰਕਾਸ਼ ਪੁਰਬ ਮੌਕੇ ਕੋਈ ਸਿਆਸਤ ਹੋਵੇ, ਅਤੇ ਮੀਂਹ ਪਾ ਕੇ ਬਾਬਾ ਨਾਨਕ ਨੇ ਉਹਨਾਂ ਸਿਆਸਤਦਾਨਾਂ ਨੂੰ ਸਬਕ ਸਿਖਾ ਦਿੱਤਾ ਹੈ ਜੋ ਇਸ ਮੌਕੇ ਆਪਣੀਆਂ ਸਿਆਸੀ ਰੋਟੀਆਂ ਸੇਕਣਾ ਚਾਹੁੰਦੇ ਸਨ। ਹਕੀਕਤ TV ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ।